2015 ਦੇ ਬਾਈਬਲ ਕਲਾਂ ਪੁਲਿਸ ਗੋਲੀਬਾਰੀ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਿੱਖ ਜਥੇਬੰਦੀਆਂ ਨੂੰ ਪੰਜਾਬ ਸਰਕਾਰ ਵੱਲੋਂ ਬੇਅਦਬੀ ਅਤੇ ਪੁਲਿਸ ਘਟਨਾਵਾਂ ਦੇ ਵਿੱਚ ਇਨਸਾਫ ਦਿਵਾਉਣ ਵਿੱਚ ਕਥਿਤ ਤੌਰ 'ਤੇ ਨਾਕਾਮ ਰਹਿਣ ਤੋਂ ਬਾਅਦ ਹੁਣ ਬਾਈਬਲ ਕਲਾਂ ਦਾ ਇਨਸਾਫ ਮੰਗ ਰਹੇ ਪਰਿਵਾਰ ਦੀ ਭਗਵੰਤ ਮਾਨ ਦੀ ਸਰਕਾਰ ਨੂੰ ਸਖ਼ਤ ਚੇਤਾਵਨੀ ਹੈ। ਆਓ ਸੁਣਦੇ ਹਾਂ ਇਸ ਮਾਮਲੇ ਦੇ ਵਿੱਚ ਪਰਿਵਾਰ ਦਾ ਕੀ ਕਹਿਣਾ ਹੈ। ਜਿਹੜਾ ਬਾਈਬਲ ਕਲਾਂ ਦਾ ਚਲਾਨ ਆ ਉਹ ਕੁਝ ਕੁ ਦਿਨਾਂ ਦੇ ਵਿੱਚ ਪੇਸ਼ ਕਰਨ ਦੀ ਗੱਲ ਆ ਜਾਂ ਕੋਰਟ ਦੇ ਵਿੱਚ ਸਬਮਿਟ ਕਰਨ ਦੀ ਗੱਲ ਉਸ ਸਮੇਂ ਸਰਕਾਰ ਦੇ ਕੁਝ ਕੁ ਨੁਮਾਇੰਦਿਆਂ ਵੱਲੋਂ ਕਹੀ ਗਈ ਆ। ਜੇ ਲੀਗਲੀ ਤੌਰ 'ਤੇ ਵੀ ਦੇਖੀਏ ਆਪਾਂ ਸਾਰਿਆਂ ਨੂੰ ਪਤਾ ਕਿ 10-15 ਦਿਨ ਦਾ ਸਮਾਂ ਜਿਹੜਾ ਵਰਵਲੀ ਲੱਗ ਜਾਂਦਾ ਕਿਉਂਕਿ ਕੋਟਕਪੂਰੇ ਦਾ ਚਲਾਨ 7000 ਪੰਨੇ ਦਾ ਪੜਨ ਤੋਂ ਬਾਅਦ ਹੀ ਬਾਈਬਲ ਕਲਾਂ ਦਾ ਚਲਾਨ ਦਿੱਤਾ ਜਾਣਾ ਸੀ ਤਾਂ ਅੱਜ ਉਹਨੂੰ 2 ਮਹੀਨੇ ਹੋ ਗਏ ਆ। ਅਸੀਂ ਸਰਕਾਰ ਨੂੰ ਇੱਥੇ ਸਖ਼ਤ ਸ਼ਬਦਾਂ ਦੇ ਵਿੱਚ ਹੀ ਕਹਾਂਗੇ ਕਿ ਤੁਸੀਂ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰੋ, ਨਾ ਕਿ ਇਹਨੂੰ ਇੱਕ ਰਾਜਨੀਤਿਕ ਰੰਗ ਦਿਓ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ। ਪਿਛਲੇ 8 ਸਾਲਾਂ ਤੋਂ ਬੇਅਦਬੀ ਲਗਾਤਾਰ ਅੱਜ ਤੱਕ ਹੋ ਰਹੀ ਹੈ, ਉਹਨਾਂ ਦੇ ਉੱਤੇ ਕੋਈ ਸਖ਼ਤ ਕਾਨੂੰਨ ਨਹੀਂ ਬਣੇ ਆ। ਦੂਸਰੇ ਪਾਸੇ ਗੋਲੀਕਾਂਡ ਜਿਹੜੇ 2 ਬੰਦਿਆਂ ਦੀ ਇੱਥੇ ਮੌਤ ਹੋਈ ਹੈ, 2 ਵਿਅਕਤੀਆਂ ਨੂੰ ਸਰਕਾਰੀ ਅੱਤਵਾਦ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਉਹਨਾਂ 'ਤੇ ਕਾਰਵਾਈ ਕਰਨ ਦੇ ਲਈ ਜਾਂ ਕਰਾਉਣ ਦੇ ਲਈ ਸਾਨੂੰ 8-8 ਸਾਲ ਸੜਕਾਂ 'ਤੇ ਬੈਠਣਾ ਪੈ ਰਿਹਾ। ਸੜਕਾਂ 'ਤੇ ਬੈਠਣ ਤੋਂ ਬਾਅਦ ਵੀ ਇਹੀ ਹਜੇ ਕਹਿਣਾ ਪੈ ਰਿਹਾ ਕਿ ਇਹਨਾਂ ਦੇ ਚਲਾਨ ਅਤੇ ਇਹਨਾਂ ਦੇ ਦੋਸ਼ੀ ਆ ਜਿਹੜੇ ਮੁੱਖ ਮਾਸਟਰ ਮਾਈਂਡ ਆ ਉਹ ਸਾਹਮਣੇ ਲਿਆਓ। ਕਿੱਡੀ ਨਾਕਾਮੀ ਹੈ ਸਿਸਟਮ ਦੀ, ਸਰਕਾਰਾਂ ਦੀ, ਕਿ ਹਜੇ ਤੱਕ ਉਹਨਾਂ ਦੇ ਜਿਹੜੇ ਦੋਸ਼ੀ ਉਹੀ ਨਹੀਂ ਜਨਤਕ ਹੋਏ ਆ, ਹਜੇ ਉਹਨਾਂ ਦੇ ਮੁੱਖ ਸਾਜ਼ਿਸ਼ਕਰਤਾ ਹੀ ਜਨਤਕ ਨਹੀਂ ਹੋਇਆ ਅਤੇ ਕੇਸ ਜਾ ਕੇ ਕਿੱਥੇ ਚੱਲਣਾ ਅਤੇ ਕਿੱਥੇ ਜਾ ਕੇ ਉਹਨਾਂ ਨੂੰ ਸਜ਼ਾਵਾਂ ਹੋਣੀਆਂ। ਸੋ ਬਹੁਤਾ ਸਮਾਂ ਨਾ ਲਾਵੇ ਸਰਕਾਰ ਇਸ ਕੇਸ ਦੇ, ਜਿਹੜੇ ਚਲਾਨ ਪੈਂਡਿੰਗ ਪਏ ਉਹਨਾਂ ਨੂੰ ਦੇ ਕੇ ਕੋਰਟ ਦੇ ਵਿੱਚ, ਅਤੇ ਜਿਹੜੀਆਂ ਦੋਸ਼ੀਆਂ 'ਤੇ ਕਾਨੂੰਨ ਦੇ ਤਹਿਤ ਸਖ਼ਤ ਤੋਂ ਸਖ਼ਤ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ। ਸੁਖਰਾਜ ਜੀ, ਪਿਛਲੇ ਦਿਨਾਂ ਦੇਖਿਆ ਗਿਆ ਵੀ ਕਾਫੀ ਤੁਸੀਂ ਧਰਨੇ ਵਿਚਾਰੇ ਵੀ ਲਾਏ ਆ, ਰੋਡ ਜਾਮ ਕੀਤੇ ਆ, ਸਰਕਾਰਾਂ ਦੇ ਮੰਤਰੀਆਂ ਤੱਕ ਨੇ ਵੀ ਆ ਕੇ ਤੁਹਾਨੂੰ ਆਸ਼ਵਾਸਨ ਦਿੱਤਾ ਹੈ, ਤੇ ਕਿੱਥੇ ਗੱਲ ਖੜੀ? ਦੇਖੋ, ਕੋਟਕਪੂਰੇ ਦਾ ਚਲਾਨ ਆ ਜਿਹੜਾ ਸੈੱਟ ਨੇ ਪੇਸ਼ ਕਰਨ ਤੋਂ ਬਾਅਦ ਅਸੀਂ ਇੰਨਾ ਕੁ ਚਲੋ ਕੋਆਪਰੇਟ ਕੀਤਾ ਸੀ ਇਹ ਗੱਲ ਦਾ ਕਿ ਜਿਹੜਾ 20-22 ਦਿਨ ਦਾ ਸਮਾਂ ਜਾਂ 15-20 ਦਿਨ ਦਾ ਸਮਾਂ ਟੈਕਨੀਕਲ ਤੌਰ 'ਤੇ ਲੱਗ ਜਾਂਦਾ ਹੈ ਇੱਕ ਵਾਰੀ ਚਲਾਨ ਪੜ੍ਹਨ ਤੋਂ ਬਾਅਦ, ਸਾਡੇ ਵਕੀਲਾਂ ਦੇ ਨਾਲ ਜਿਹੜੀ ਸਰਦਾਰ ਹਰਪਾਲ ਸਿੰਘ ਖਾਰਾ ਜੀ ਆ ਜਾਂ ਹੋਰ ਵੀ ਜਿਹੜੇ ਐਡਵੋਕੇਟ ਸੀ ਉਹਨਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ, ਇਹ ਤਾਂ ਜੈਨੂਨ ਜੀ ਗੱਲ ਆ ਕਿ ਜਿਹੜੇ 15-20 ਦਿਨ ਦਾ ਸਮਾਂ ਲੱਗ ਜਾਂਦਾ, ਪਰ 15-20 ਦਿਨ ਨੂੰ 2 ਮਹੀਨਿਆਂ 'ਚ ਤਬਦੀਲ ਕਰਨਾ ਇਹ ਸਰਕਾਰ ਦੀ ਨਾਕਾਮੀ ਆ। ਸੋ ਅਸੀਂ ਉਹੀ ਕਹਾਂਗੇ ਕਿ ਅਸੀਂ ਹੁਣ ਮਜਬੂਰ ਹਾਂ, ਲੰਮੇ ਸਮੇਂ ਤੋਂ 2021 ਤੋਂ 16 ਦਸੰਬਰ 2021 ਤੋਂ ਇਸ ਜਗ੍ਹਾ ਦੇ ਉੱਤੇ ਮੋਰਚਾ ਚੱਲ ਰਿਹਾ। ਅਸੀਂ ਜਿਹੜੇ ਪ੍ਰੋਗਰਾਮ ਪਹਿਲਾਂ ਬੰਦ ਕੀਤੇ ਸੀ, ਅਸੀਂ ਥੋੜ੍ਹੇ ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ ਕਰਕੇ ਜਿਹੜੇ ਅਗਲੇ ਪ੍ਰੋਗਰਾਮ ਉਲੀਕਾਂਗੇ ਅਤੇ ਅਸੀਂ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਪੰਜਾਬ ਸਰਕਾਰ ਇਸ 'ਤੇ ਗੌਰ ਕਰੇ, ਇਸ ਕੇਸ ਦੇ ਜਿੰਨੇ ਵੀ ਰਹਿੰਦੇ ਚਲਾਨ ਆ ਉਹ ਕੋਰਟ ਦੇ ਵਿੱਚ ਸਬਮਿਟ ਕਰੇ ਅਤੇ ਉਹਨਾਂ ਦੋਸ਼ੀਆਂ 'ਤੇ ਸਖ਼ਤ ਕਾਰਵਾਈਆਂ ਹੋਣ। ਅਤੇ ਹੁਣ ਆਉਣ ਵਾਲੇ ਸਮੇਂ 'ਚ ਤੁਹਾਡੇ ਵੱਲੋਂ ਕੀ ਕੀਤਾ ਜਾਵੇ? ਅਸੀਂ ਸਾਰੀ ਗੱਲਬਾਤ ਜਥੇਬੰਦੀਆਂ ਦੇ ਨਾਲ ਕਰ ਰਹੇ ਹਾਂ। ਸਾਡੇ ਨਾਲ ਜਿਵੇਂ ਹੁਣ ਫਤਿਹ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਨੇ, ਮਾਸਟਰ ਹਰਜਿੰਦਰ ਸਿੰਘ ਵੀ ਬੈਠੇ ਨੇ, ਬਾਕੀ ਹੋਰ ਵੀ ਜਿਹੜੀਆਂ ਸਿੱਖ ਜਥੇਬੰਦੀਆਂ, ਸਾਰਿਆਂ ਦੇ ਨਾਲ ਰਹਿ ਕਰਕੇ ਜਿਹੜਾ ਅਗਲਾ ਪ੍ਰੋਗਰਾਮ ਆ ਉਹ, ਜੇ ਸਰਕਾਰ ਨਹੀਂ ਕੁਛ ਕਰਦੀ ਆ ਥੋੜ੍ਹੇ ਦਿਨਾਂ ਦੇ ਵਿੱਚ, ਤਾਂ ਅਸੀਂ ਉਹਦਾ ਜਿਹੜਾ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਅਨਾਊਂਸ ਕਰਾਂਗੇ, ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਦੇ ਸਾਹਮਣੇ ਰੱਖਾਂਗੇ। ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼, ਦਾ ਅਫੀਸ਼ੀਅਲ ਯੂਟਿਊਬ ਚੈਨਲ।